ਇਹੀ ਕਰਾ ਦੇ ਕਾਨੂੰਨੀ ਹੋਗੀ ਇਹ ਕਣਕ ਨੂੰ ਜ਼ਹਿਰੀ ਸੋ ਇੱਥੇ ਜਿਹੜੀ ਕਣਕ ਹੈ ਉਹਦਾ ਭਾਂਡਾ ਕਿੱਧਰੋਂ ਵੱਲੋਂ ਕੋੜਿਆ ਗਿਆ ਹੈ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਦੱਸਿਆ ਗਿਆ ਹੈਗਾ ਤੁਹਾਡਾ ਨਾਮ ਕੀ ਹੈਗਾ ਤੇ ਕੀ ਕਾਰਨ ਰਿਹਾ ਕਿ ਤੁਹਾਨੂੰ ਇਹ ਸਾਰਾ ਕੁਝ ਦੱਸਣਾ ਪਿਆ ਆਮ ਜਨਤਾ ਮੇਰਾ ਨਾਮ ਸ਼ਿਵ ਰਾਜ ਖੰਨਾ ਮੈਂ ਫੂਡ ਸਪਲਾਈ ਦੇ ਵਿੱਚ ਐਫਐਸ ਹਾਂ ਪਹਿਲਾਂ ਵੀ ਮੈਂ ਲਿਖਤੀ ਤੌਰ ਤੇ ਬਹੁਤ ਅਫਸਰ ਸਾਹਿਬਾਨ ਨੂੰ ਦੱਸ ਚੁੱਕਾ ਹਾਂ ਕਿ ਸਾਰੇ ਲੋਕਾਂ ਦੇ ਪੇਟ 'ਚ ਜ਼ਹਿਰ ਜਾ ਰਿਹਾ ਜੇ ਬਚਾ ਲਓ ਬਚਾ ਲਓ ਨਹੀਂ ਪਰ ਮੈਨੂੰ ਮਜਬੂਰੀ ਵਸ ਪੈ ਗਏ ਅੱਜ ਸਾਹਮਣੇ ਐਕਸਪਲੋਰ ਕਰਨਾ ਪੈ ਰਿਹਾ ਆ ਵੇਖੋ ਤੁਸੀਂ ਕਣਕ ਮੈਂ ਤੁਹਾਡੇ ਸਾਹਮਣੇ ਇਹ ਉਹ ਕਣਕੇ ਇਹਦੇ ਵਿੱਚ ਵਧੀਆ ਕਣਕ ਨੂੰ ਮਿਕਸ ਕੀਤਾ ਜੋ ਆਹ ਦੇਖੋ ਇਹ ਕਣਕ ਦੇ ਮੈਂ ਅੱਧਾ ਅੱਧਾ ਕਿਲੋ ਦੇ ਅੱਧਾ ਅੱਧਾ ਕਿਲੋ ਦੇ ਦਾਣੇ ਇਹ ਵੀ ਕੁਦਰਤੀ ਦੀ ਨਿਆਮਤ ਹੀ ਹੈ ਕਿ ਆਪਾਂ ਨੂੰ ਅੱਧਾ ਅੱਧਾ ਕਿਲੋ ਦੇ ਦਾਣੇ ਵੇਖਣ ਨੂੰ ਮਿਲ ਰਹੇ ਨੇ ਜਦ ਕਿ ਕਣਕ ਦਾ ਦਾਣਾ ਹੁੰਦਾ ਹੈ ਐਸਾ ਜਿਹੜਾ ਪਰਮਾਤਮਾ ਨੇ ਕੁਦਰਤ ਨੇ ਐਸਾ ਜਿਹਦਾ ਦਾਣਾ ਬਣਾਇਆ ਤੁਹਾਨੂੰ ਅੱਧਾ ਅੱਧਾ ਕਿਲੋ ਦੇ ਦਾਣੇ ਮਿਲ ਵੇਖਣ ਨੂੰ ਮਿਲ ਰਹੇ ਨੇ ਇਹ ਵੀ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰੀ ਹੋਏਗਾ ਇਹ ਕੀੜੇ ਹੈਗੇ ਨਾਲ ਕਲ ਚਲੋ ਇਹਨੂੰ ਕੀੜਾ ਹੀ ਕਹਿ ਸਕਦੇ ਕਣਕ ਤਾਂ ਕੱਲੀਆ ਕਹਿ ਨਹੀਂ ਸਕਦੇ ਮੈਡਮ ਕੀ ਕਹਿਣਾ ਹੈ ਤੁਹਾਡਾ ਜਿਹੜੀ ਇਹ ਕਣਕ ਖਰਾਬ ਜਿਹੜੀ ਆ ਆਮ ਲੋਕਾਂ ਨੂੰ ਦਿੱਤੀ ਜਾਣੀ ਹੈਗੀ ਆ ਕੀ ਲੱਗਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋ ਰਿਹਾ ਬਿਲਕੁਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਕਿਸੇ ਦਾ ਵੀ ਪਰਿਵਾਰ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਹੈ ਐਸੀ ਵੀ ਤੁਹਾਡੇ ਸਾਹਮਣੇ ਆ ਕੇ ਦੇਖ ਰਹੇ ਹਾਂ ਕਿ ਇਹ ਜੋ ਕਣਕ ਹੈ ਮਤਲਬ ਜਿਸ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਤੇ ਐਸੀ ਤਾਂ ਦੇਖੋ ਜੋ ਬੰਦੀ ਕਾਰਵਾਈ ਐਸੀ ਜ਼ਰੂਰ ਕਰਾਂਗੇ ਤੁਸੀਂ ਦੇਖ ਰਹੇ ਹੋ ਕੇਟੀਵੀ ਯੂਕੇ ਤੇ ਤੁਹਾਨੂੰ ਸਭ ਤੋਂ ਮਾੜੇ ਹਾਲਾਤ ਪੰਜਾਬ ਦੇ ਦਿਖਾਉਣ ਲੱਗੇ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਕੀ ਖਵਾਇਆ ਜਾ ਰਿਹਾ ਹੈ ਔਰ ਇਹ ਪੰਜਾਬ ਦੇ ਵਿੱਚ ਕਣਕ ਜਿਹੜੀ ਫ੍ਰੀ ਦਿੱਤੀ ਜਾਂਦੀ ਸੀਗੀ ਲੋਕਾਂ ਨੂੰ 2 ਰੁਪਏ 4 ਰੁਪਏ ਆਟਾ ਜਿਹੜਾ ਦਿੱਤਾ ਜਾਂਦਾ ਹੈ ਕਣਕ ਦਿੱਤੀ ਜਾਂਦੀ ਇਹ ਤੁਹਾਨੂੰ ਉਹ ਉਹ ਕਣਕ ਦਿਖਾ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜੀ ਕਣਕ ਹੈਗੀ ਆ ਜਿਹੜੀ ਕਣਕ ਆਮ ਲੋਕਾਂ ਨੂੰ ਖਾਣ ਦੇ ਲਈ ਦਿੱਤੀ ਜਾਣੀ ਹੈ ਇਹ ਜਿਹੜਾ ਸੀਗਾ ਮਾਲ ਸੀਗਾ ਇਹ ਲੱਦਿਆ ਵੀ ਜਾ ਰਿਹਾ ਸੀਗਾ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਔਰ ਇਸ ਸਮੇਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪੁਲਿਸ ਵੀ ਇੱਥੇ ਮੌਜੂਦ ਹੈਗੀ ਆ ਔਰ ਉਸ ਤੋਂ ਇਲਾਵਾ ਪੁਲਿਸ ਤੋਂ ਇਲਾਵਾ ਬਾਕੀ ਲੋਕ ਜਿਹੜੇ ਇੱਥੇ ਇੰਚਾਰਜ ਸੀਗੇ ਉਹ ਵੀ ਮੌਜੂਦ ਹੈਗੇ ਨੇ ਪਰੰਤੂ ਲੋਕਾਂ ਦੇ ਲਈ ਰੱਖਿਆ ਕੀ ਗਿਆ ਹੈਗਾ ਖਾਣ ਪੀਣ ਦੇ ਲਈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਜਿਹੜਾ ਭਾਂਡਾ ਫੋੜਿਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਕਿ ਕਿਸ ਪ੍ਰਕਾਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾ ਹੈ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਮੈਡੀਕਲ ਸਹੂਲਤ ਸਾਡੇ ਕੋਲ ਨਹੀਂ ਹੈ ਦੂਜੇ ਪਾਸੇ ਖਾਣ ਲਈ ਅਜਹੀਆਂ ਚੀਜ਼ਾਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਲੋਕ ਬਿਮਾਰ ਹੁੰਦੇ ਨੇ ਔਰ ਫਿਰ ਉਸ ਤੋਂ ਬਾਅਦ ਵੱਡੇ ਵੱਡੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨਾਂ ਦੇ ਇਲਾਜ ਹੁੰਦੇ ਨੇ ਸੋ ਜਿਹੜੀ ਸਭ ਤੋਂ ਮੇਨ ਮੁੱਢਲੀ ਲੋੜ ਹੈਗੀ ਲੋਕਾਂ ਦੀ ਉਹ ਹੈਗੀ ਖਾਣਾ ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਆ ਔਰ ਖਾਣਾ ਹੀ ਇਹੋ ਜਿਹਾ ਪ੍ਰੋਸਿਆ ਜਾ ਰਿਹਾ ਹੈ ਜਿਸ ਨੂੰ ਖਾ ਕੇ ਲੋਕ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਜ਼ਿੰਦਗੀ ਜਿਹੜੀ ਜਾਨ ਜਿਹੜੀ ਆ ਉਹ ਗਵਾ ਸਕਦੇ ਨੇ ਸੋ ਪੁਲਿਸ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਪ੍ਰੈਸਰ ਸਾਹਿਬ ਜੀ ਬੇਨਤੀ ਕਰਨਾ ਚਾਹੁੰਦਾ ਤੁਸੀਂ ਮੇਰੇ ਬੋਰੀ ਦਾ ਹੱਥ ਰਗਮ ਉਹ ਹੀ ਬੋਰੀ ਪਾੜਨ ਦੀ ਕੋਲਕਾਵਲ ਕਹਾਂਗੇ ਕਿ ਕੋਈ ਕਹਿਣ ਦੀ ਲੋੜ ਨਹੀਂ ਜੀ ਸਾਰੀਆਂ ਬੋਰੀਆਂ ਨਜ਼ਰ ਆਦੀਆਂ ਇੱਕ ਤੁਸੀਂ ਮੈਨੂੰ ਇੱਕ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਨਾਮ ਕੀ ਹੈ ਜੀ ਤੁਹਾਡਾ ਇਹ ਤੁਹਾਨੂੰ ਇਹ ਦਿਖਾ ਰਹੇ ਹਾਂ ਅਸੀਂ ਇਹ ਬੋਰੀਆਂ ਨੇ ਔਰ ਬੋਰੀਆਂ ਦੇ ਵਿੱਚ ਜੇ ਤੁਸੀਂ ਕਣਕ ਦੇਖ ਸਕਦੇ ਹੋ ਇੱਕ ਮਹੀਨੇ 15 20 ਦਿਨ ਹੇਠੇ ਵੀ ਦੇਖ ਸਕਦੇ ਹੋ ਜਿਹੜੇ ਕਣਕ mafia ਦੇ ਬੰਦੇ ਜਾਂ ਇਨਸਪੈਕਟਰਾਂ ਨੇ ਮੈਨੂੰ ਜ਼ੋਰ ਪਾਇਆ ਸੋ ਕੀ ਕਹਿਣਾ ਹੈ ਪੁਲਿਸ ਦਾ ਇੱਥੇ ਇਨਵੈਸਟੀਗੇਸ਼ਨ ਦੇ ਲਈ ਜਿਹੜੇ ਆਏ ਹੋਏ ਨੇ ਮੈਡਮ ਕੀ ਕਹਿਣਾ ਹੈ ਤੁਹਾਡਾ ਜਿਹੜੀ ਇਹ ਕਣਕ ਖਰਾਬ ਜਿਹੜੀ ਆ ਆਮ ਲੋਕਾਂ ਨੂੰ ਦਿੱਤੀ ਜਾਣੀ ਹੈਗੀ ਆ ਕੀ ਲੱਗਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋ ਰਿਹਾ ਬਿਲਕੁਲ ਲੋਕਾਂ ਦੀ ਜ਼ਿੰਦਗੀ ਨਾ ਖਿਲਵਾੜ ਹੋ ਰਿਹਾ ਹੈ ਕਿਸੇ ਦਾ ਵੀ ਪਰਿਵਾਰ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਸਾਨੂੰ ਜੇ ਦੇਖੋ ਜੀ ਮਤਲਬ ਫੂਡ ਕਾਰਪੋਰੇਸ਼ਨ ਵੱਲੋਂ ਮੈਸੇਜ ਮਿਲੇ ਆ ਤੇ ਅਸੀਂ ਤਾਂ ਹੀ ਆਏ ਆ ਤੇ ਅਸੀਂ ਵੀ ਤੁਹਾਡੇ ਸਾਹਮਣੇ ਆ ਕੇ ਦੇਖ ਰਹੇ ਆ ਕਿ ਇਹ ਜੋ ਕਣਕ ਹੈ ਮਤਲਬ ਜਿਸ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਤੇ ਅਸੀਂ ਤਾਂ ਦੇਖੋ ਜੋ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੁਹਾਡੇ ਵੱਲੋਂ ਕੋਈ ਕਿਹੜੀ ਕਿਹੜੀ ਬੰਦੀ ਹੈ ਜਿਨ੍ਹਾਂ ਦੇ ਨਾਮ ਇਹਦੇ ਵਿੱਚ ਸ਼ਾਮਿਲ ਹੋਣਗੇ ਬਿਲਕੁਲ ਸਾਡੇ ਕੋਲ ਤਾਂ ਦੇਖੋ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਕਿ ਜਿਹੜੇ ਇਨਚਾਰਜ ਨੇ ਮੋਹਨ ਸਿੰਘ ਜੀ ਤੇ ਅਸੀਂ ਫਰਦਰ ਆਪਣੀ ਇਨਵੈਸਟੀਗੇਸ਼ਨ ਕਰਾਂਗੇ ਕਿ ਇਸ ਦੇ ਨਾਲ ਹੋਰ ਕਿਹੜਾ-ਕਿਹੜਾ ਬੰਦਾ ਜੁੜਿਆ ਤੇ ਜਿਹੜਾ ਵੀ ਹੋਏਗਾ ਅਸੀਂ ਬੰਦ ਦੀ ਕਾਰਵਾਈ ਜ਼ਰੂਰ ਕਰਾਂਗੇ ਸੋ ਬੰਦ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਣੀ ਹੈ ਉਹਨਾਂ ਦਾ ਕਹਿਣਾ ਹੈ ਇਹ ਹੁਣ ਸਮਾਂ ਆਉਣ ਤੇ ਪਤਾ ਲੱਗੇਗਾ ਕਿ ਕਾਰਵਾਈ ਕਿਹੋ ਜੀ ਹੁੰਦੀ ਹੈ ਕਿਹੜੀ ਤਰ੍ਹਾਂ ਆਵਾਂ ਜਿਹੜੀਆਂ ਉਹ ਲੱਗਦੀਆਂ ਨਹੀਂ ਕਿਉਂਕਿ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਜਾਨ ਜਿਹੜੀ ਜਾ ਸਕਦੀ ਹੈ ਬਿਮਾਰੀਆਂ ਦੇ ਨਾਲ ਲੋਕ ਗ੍ਰਸਤ ਹੋ ਸਕਦੇ ਨੇ ਅਜਹੀ ਗੰਦੀ ਕਣਕ ਖਾ ਕੇ ਜਿਹੜੀ ਪਿੰਡਾਂ ਦੇ ਵਿੱਚ ਜਾਂ ਦੀ ਜਾਂਦੀ ਹੈ ਉੱਥੇ ਲੋਕਾਂ ਦਿੱਤੀ ਜਾਂਦੀ ਹੈ ਹੋ ਸਕਦਾ ਹੈ ਕਿ ਇਹ ਕਣਕ ਬੱਚਿਆਂ ਤੱਕ ਵੀ ਜਿਹੜਾ ਫੂਡ ਦੁਪਹਿਰ ਦਾ ਖਾਣਾ ਜਿਹੜਾ ਸੀਗਾ ਸਕੂਲ ਦੇ ਵਿੱਚ ਦਿੱਤਾ ਜਾਂਦਾ ਸੀਗਾ ਉੱਥੋਂ ਤੱਕ ਵੀ ਪਹੁੰਚਾਈ ਜਾਵੇ ਸੋ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ ਜਿਸ ਵੱਲੋਂ ਪਹੁੰਚਾਈ ਜਾਣੀ ਸੀਗੀ ਉਹ ਦੱਸਣਗੇ ਕਿ ਇਹ ਕਣਕ ਕਿੱਥੇ ਪਹੁੰਚਾਈ ਜਾਣੀ ਸੀਗੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਅਸੀਂ ਤੁਹਾਡੀ ਫੂਡ ਇਨਸਪੈਕਟਰ ਦੇ ਨਾਲ ਜਿਹੜੇ ਐਫਸੀਆਈ ਦੇ ਇਨਸਪੈਕਟਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਸੋ ਇੱਥੇ ਜਿਹੜੀ ਕਣਕ ਹੈ ਉਹਦਾ ਭਾਂਡਾ ਕਿੱਧਰੋਂ ਵੱਲੋਂ ਫੋੜਿਆ ਗਿਆ ਹੈ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਦੱਸਿਆ ਗਿਆ ਹੈਗਾ ਤੁਹਾਡਾ ਨਾਮ ਕੀ ਹੈਗਾ ਤੇ ਕੀ ਕਾਰਨ ਰਿਹਾ ਕਿ ਤੁਹਾਨੂੰ ਇਹ ਸਾਰਾ ਕੁਝ ਦੱਸਣਾ ਪਿਆ ਆਮ ਜਨਤਾ ਨੂੰ ਜੀ ਪਹਿਲਾਂ ਸਾਸੀ ਗੱਲ ਤੁਹਾਨੂੰ ਸਭ ਤੋਂ ਪਹਿਲੀ ਗੱਲ ਕਿ ਮੇਰਾ ਨਾਮ ਸ਼ਿਵ ਰਾਜ ਖੰਨਾ ਮੈਂ ਫੂਡ ਸਪਲਾਈ ਦੇ ਵਿੱਚ ਏਐਫਐਸ ਹਾਂ ਠੀਕ ਹੈ ਮੇਰੀ ਇੱਥੇ ਪੋਸਟਿੰਗ ਹੋਈ ਸੀ ਕੁਝ ਟਾਈਮ ਦੇ ਲਈ ਲਗਭਗ ਮਹੀਨੇ ਦੇ ਲਈ ਪਰ ਇੱਥੇ ਕੁਝ ਕਣਕ mafia ਬਹੁਤ ਭਾਰੂ ਇਹ ਗਦਾਮ ਚਲਾ ਰਹੇ ਨੇ ਮੈਂ ਇਸ ਸਬੰਧ ਵਿੱਚ ਉਸੇ ਟਾਈਮ ਆਪਣੇ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬਾਨ ਸੈਕਟਰੀ ਸਾਹਿਬਾਨ ਜੋ ਹੋਰ ਉੱਚ ਅਧਿਕਾਰੀ ਪੰਜਾਬ ਦੇ ਤੇ ਲੀਡਰ ਸਾਹਿਬਾਨ ਨੂੰ ਦੱਸਿਆ ਪਰ ਇਹਨਾਂ ਨੇ ਮੇਰੀ ਬਦਲੀ ਕਰਤੀ ਕਰਤੀ ਨਹੀਂ ਕਰਵਾ ਦਿੱਤੀ ਕਰਵਾ ਇਸ ਕਰਕੇ ਤੀ ਕਿ ਆਹ ਵਾਲਾ ਤੁਹਾਡਾ ਗੋਰਖ ਧੰਦਾ ਨਾ ਇਹ ਚਲਾਇਆ ਜਾ ਸਕੇ ਮੈਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਇਹ ਚਲਾਉਣ ਦੇਣਾ ਨੀਗਾ ਚਲਾਉਣਾ ਤੇ ਸਾਡੇ ਨਾਲ ਧੜਕੇ ਚਲਾਓ ਇਹ ਤਾਂ ਕਣਕ ਦੀ ਢੇਰੀ ਹੈ ਨਾ ਮੈਂ ਦੱਸ ਰਹੀ ਇਹ ਕੀ ਕਰਦੇ ਨੇ ਘੱਟੀਆਂ ਕੁਆਲਟੀ ਦੀ ਗੰਦੀ ਕਣਕ ਬਹੁਤ ਜਿਹੜੀ ਕੁਝ ਜੰਮੂ ਬੇਸ ਹੁੰਦੇ ਆ ਕੁਛ ਕਿਤੋਂ ਵੀ ਜਿੱਥੇ ਵੀ ਮਨ ਲੋ ਖਰਾਬ ਕਣਕ ਪਈ ਹੁੰਦੀ ਉਹਨੂੰ ਇਕੱਠਿਆਂ ਕਰਕੇ ਸਸਤੀ ਰੁਪਈਏ ਤੋਂ ਰੁਪਈਏ 1.5 ਰੁਪਈਏ ਕਿਲੋ ਲਿਆ ਕੇ ਉਹ ਗਦਾਮ ਚ ਲਿਆ ਕੇ ਇੱਥੇ ਢੇਰੀ ਕਰ ਲੈਂਦੇ ਢੇਰੀ ਨੂੰ ਅਸੀਂ ਸਾਡੀ ਵਿਭਾਗੀ ਭਾਸ਼ਾ ਦੇ ਵਿੱਚ ਕਹਿੰਦੇ ਦੜਾ ਮਾਰਨਾ ਦੜਾ ਮਾਰਨਾ ਹੁੰਦਾ ਇਹ ਵੇਖੋ ਇਹ ਜਿਹੜੀ ਕਣਕ ਗੰਦੀ ਦਾ ਜਿਹੜਾ ਦੜਾ ਮਾਰਿਆ ਗਿਆ ਇਹ ਉਹ ਕਣਕੇ ਇਹਦੇ ਵਿੱਚ ਵਧੀਆ ਕਣਕ ਨੂੰ ਮਿਕਸ ਕੀਤਾ ਜੋ ਇਹ ਦੇਖੋ ਇਹ ਕਣਕ ਦੇ ਮੈਂ ਅੱਧਾ ਅੱਧਾ ਕਿਲੋ ਦੇ ਅੱਧਾ ਅੱਧਾ ਕਿਲੋ ਦੇ ਦਾਣੇ ਜੀ ਇਹ ਵੀ ਕੁਦਰਤੀ ਦੀ ਨਿਯਮਤ ਹੀ ਹੈ ਕਿ ਆਪਾਂ ਨੂੰ ਅੱਧਾ-ਅੱਧਾ ਕਿਲੋ ਦੇ ਦਾਣੇ ਵੇਖਣ ਨੂੰ ਮਿਲ ਰਹੇ ਨੇ ਜਦ ਕਿ ਕਣਕ ਦਾ ਦਾਣਾ ਹੁੰਦਾ ਹੈ ਐਸਾ ਜਿਹਾ ਪਰਮਾਤਮਾ ਨੇ ਕੁਦਰਤ ਨੇ ਐਸਾ ਜਿਹਾ ਦਾਣਾ ਬਣਾਇਆ ਤੁਹਾਨੂੰ ਅੱਧਾ-ਅੱਧਾ ਕਿਲੋ ਦੇ ਦਾਣੇ ਮਿਲ ਵੇਖਣ ਨੂੰ ਮਿਲ ਰਹੇ ਨੇ ਇਹ ਵੀ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰੀ ਹੋਏਗਾ ਠੀਕ ਹੈ ਇਹ ਕਣਕ ਨੂੰ ਇਹਨਾਂ ਕੀ ਕਰਨਾ ਮਿਕਸ ਕਰਕੇ ਵਧੀਆ ਕਣਕ ਦੇ ਵਿੱਚ ਲੋਕਾਂ ਤੱਕ ਪਹੁੰਚਾਈ ਜਾਣੀ ਹੈ ਠੀਕ ਹੈ ਜ਼ਹਿਰ ਪਹੁੰਚਾਇਆ ਜਾਣਾ ਕਣਕ ਤਾਂ ਕਣਕ ਜੇ ਕਹਾਂਗਾ ਤੇ ਮੈਨੂੰ ਆਪਣੇ ਆਪ ਨੂੰ ਸ਼ਾਇਦ ਸ਼ਰਮ ਦਾ ਸਾਹਮਣਾ ਕਰਨਾ ਪਵੇ ਇਹ ਜ਼ਹਿਰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਆ ਕੀੜ ਇਹਨੂੰ ਆਹ ਕੀੜੇ ਨੇ ਇਹ ਆਹ ਕੀੜਾ ਮਰ ਗਿਆ ਇਹ ਕੀੜੇ ਹੈਗੇ ਨਾਲ ਅਕਲ ਚਲੋ ਇਹਨੂੰ ਕੀੜਾ ਹੀ ਕਹਿ ਸਕਦੇ ਕਣਕ ਤਾਂ ਕੱਲੀਆ ਕਹਿ ਨਹੀਂ ਸਕਦੇ ਉਦੋਂ ਬਾਅਦ ਤੁਹਾਨੂੰ ਇੱਕ ਐਸੀ ਚੀਜ਼ ਵਿਖਾਣਾ ਵਾ ਇਹ ਕੀ ਕਰਦੇ ਹੁਣੇ ਇੱਕ ਟਰਾਲੀ ਆਈ ਹੈ ਇਹਨਾਂ ਨੇ ਅਨਲੋਡ ਕੀਤੀ ਇੱਕ ਟਰਾਲੀ ਤੁਹਾਨੂੰ ਮੈਂ ਬਾਹਰ ਵਿਖਾਈ ਹੈ ਜੀ ਇਹ ਇਹਨਾਂ ਨੇ ਕੀ ਕੀਤਾ ਆਹ ਕਣਕ ਦੀਆਂ ਟਰਾਲੀਆਂ ਮੰਗਵਾ ਕੇ ਇੱਕ ਖਾਲੀ ਹੋ ਚੁੱਕੇ ਸੀ ਪਲਾਂਟ ਬਿਲਕੁਲ ਖਾਲੀ ਹੋ ਚੁੱਕੇ ਸੀ ਇਹਨਾਂ ਨੇ ਕੀ ਕੀਤਾ ਮੰਗਵਾਈਏ ਨਵੀਂ ਟਰਾਲੀ ਫਿਰ ਉਹਦੇ ਵਿੱਚ ਮਿਕਸ ਕਰ ਲਈ ਲਓ ਜੀ ਐ ਵੇਖੋ ਕਣਕ ਜੇ ਤੁਹਾਨੂੰ ਕਨਕ ਨਜ਼ਰ ਆਏਗੀ ਤੇ ਮੈਨੂੰ ਸ਼ਾਬਾਸ਼ ਦੇ ਦੇਣਾ ਜੇ ਨਹੀਂ ਕਨਕ ਆਏਗੀ ਫਿਰ ਤੁਸੀਂ ਆਪ ਬਹੁਤ ਸੂਝਵਾਨ ਹੋ ਸਾਰੇ ਅੱਛੀ ਕਨਕ ਮੰਗਵਾ ਕੇ ਉਹਦੇ ਵਿੱਚ ਇਹ ਮਿਕਸ ਕੀਤੀ ਹੈ ਗੰਦੀ ਕਨਕ ਮੰਗਵਾ ਕੇ ਇਹ ਗੰਦੀ ਕਨਕ ਮੰਗਵਾਈ ਗਈ ਹੈ ਅੱਛਾ ਜੀ ਇਹਨੂੰ ਵਧੀਆ ਕੁਆਲਿਟੀ ਕਨਕ ਚ ਮਿਕਸ ਕੀਤਾ ਜਾਂਦਾ ਇਹ ਪੁਲਸ ਮੈਂ ਖੁਦ ਵੀ ਸਾਰਾ ਆਇਆ ਤੇ ਮੈਂ ਖੁਦ ਆਪ ਆਇਆ ਵਾਂ ਇਸ ਸਿਸਟਮ ਦਾ ਜਿਹੜਾ ਤਾਰ ਨੇ ਬਹੁਤ ਉੱਚੇ ਲੈਵਲ ਤੱਕ ਜੁੜੇ ਹੋਏ ਨੇ ਪਹਿਲਾਂ ਵੀ ਮੈਂ ਲਿਖਤੀ ਤੌਰ ਤੇ ਬਹੁਤ ਅਫਸਰ ਸਾਹਿਬਾਨ ਨੂੰ ਦੱਸ ਚੁੱਕਾ ਵਾਂ ਕਿ ਸਾਰੇ ਲੋਕਾਂ ਦੇ ਪੇਟ 'ਚ ਜ਼ਹਿਰ ਜਾ ਰਿਹਾ ਜੇ ਬਚਾ ਲਓ ਬਚਾ ਲਓ ਤੇ ਬਚਾ ਲਓ ਨਹੀਂ ਪਰ ਮੈਨੂੰ ਮਜਬੂਰੀ ਵਸ ਪੈ ਗੇ ਅੱਜ ਸਾਹਮਣੇ ਐਕਸਪੋਜ਼ ਕਰਨਾ ਪੈ ਰਿਹਾ ਆ ਵੇਖੋ ਤੁਸੀਂ ਕਣਕ ਮੈਂ ਤੁਹਾਡੇ ਸਾਹਮਣੇ ਜੇ ਤੁਹਾਡਾ ਪੱਤਰਕਾਰ ਸਾਹਿਬ ਤੁਹਾਡਾ ਹੋਰ ਹੁਕਮ ਹੋਵੇ ਤਾਂ ਆਪਾਂ ਜਿਹੜੀ ਵੀ ਕਹਿੰਦੇ ਬੋਰੀ ਖੋਲਦਾਂਗੇ ਤੁਸੀਂ ਇੱਕ ਇਸ਼ਾਰਾ ਕਰੋ ਬੋਰੀ ਵੱਲ ਮੈਂ ਉਹਨੂੰ ਖੋਲ ਕੇ ਤੁਹਾਨੂੰ ਦਿਖਾਉਂਦਾ ਬਿਲਕੁਲ ਜੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਆ ਪਰਲੇ ਸਾਈਡ ਤੋਂ ਵੀ ਬੋਰੀ ਖੁੱਲੀ ਹੋਈ ਹੈ ਔਰ ਉੱਥੇ ਵੀ ਸੇਮ ਹੀ ਤੁਹਾਨੂੰ ਦਿਖਾ ਦਿੰਨੇ ਆ ਦਸਤਾਉ ਨੂੰ ਜਰੂਰ ਦਿਖਾ ਦਿੰਨੇ ਜੀ ਇੱਕ ਹੋਰ ਵੀ ਕੋਈ ਬੋਰੀ ਖੋਲਨੀ ਚਾਹੁੰਦੇ ਹੋ ਤਾਂ ਮੈਂ ਲਓ ਇਹ ਬੋਰੀ ਕਹਿੰਦੇ ਤਾਂ ਖੋਲਾਂ ਜੀ ਆ ਦੇਖੋ ਬਿਲਕੁਲ ਜੀ ਸ ਲਓ ਜੀ ਇਹ ਕਣਕ ਹੈਗੀ ਜੇ ਜਿਹੜੀ ਬਾਹਰੋਂ ਮੰਗਵਾਈ ਗਈ ਜੇ ਤੇ ਵਧੀਆ ਕਣਕ ਚ ਮਿਕਸ ਕਰ ਲਈ ਜੇ ਤੁਹਾਨੂੰ ਕਣਕ ਲੱਗੇ ਤੇ ਫਿਰ ਵੀ ਦੱਸ ਦੇਣਾ ਪਰ ਮੈਨੂੰ ਜੇ ਕਣਕ ਤੁਹਾਨੂੰ ਛੇ ਨਹੀਂ ਲੱਗੇ ਕਣਕ ਨਹੀਂ ਇਹ ਜ਼ਹਿਰ ਹੈਗਾ ਜੇ ਬਿਲਕੁਲ ਜੀ ਜੇ ਤੁਹਾਡੇ ਸਾਰੇ ਹੀ ਦਾਣੇ ਕਾਲੇ ਨੇ ਜੀ ਜੇ ਕੋਈ ਜਾਨਵਰ ਵੀ ਖਾ ਲੇਗਾ ਨਾ ਸ਼ਾਇਦ ਉਹਦੀ ਜ਼ਿੰਦਗੀ ਨਹੀਂ ਬਚੇਗੀ ਇਹ ਜ਼ਹਿਰ ਜਹਿਰ ਇਹ ਕਿੱਥੇ ਸਪਲਾਈ ਕੀਤਾ ਜਾਣਾ ਸੀ ਇਹ ਮੈਡਮ ਜਿਹੜਾ 2 ਰੁਪਏ ਕਿਲੋ ਕਣਕ ਲੋਕਾਂ ਦੇ ਘਰਾਂ ਚ ਪਹੁੰਚਾਈ ਜਾਂਦੀ ਹੈ ਨਾ ਇਹ ਉਹਨਾਂ ਨੂੰ ਜਾ ਰਹੀ ਗਰੀਬ ਜਨਤਾ ਨੂੰ ਅੱਛਾ ਜੀ ਗਰੀਬ ਜਨਤਾ ਨੂੰ ਇਸ ਤਰੀਕੇ ਦੇ ਨਾਲ ਗਰੀਬ ਜਨਤਾ ਨੂੰ ਕਨਕ ਨਹੀਂ ਮਜਬੂਰੀ ਚ ਤਿੰਨ ਟਾਈਮ ਯਾਰ ਖਾਣਾ ਪੈ ਰਿਹਾ ਜੇ ਤਾਂ ਤੁਸੀਂ ਵੀ ਰੋਟੀ ਖਾਣਦੇ ਹੋ ਚਾਹ ਮੀਰ ਹੋ ਗਰੀਬ ਮੈਨੂੰ ਪਤਾ ਨਹੀਂ ਪਰ ਤੁਸੀਂ ਵੀ ਰੋਟੀ ਜਰੂਰ ਖਾਂਦੇ ਹੋ ਤਿੰਨ ਟਾਈਮ ਖਾਂਦੇ ਹੋ ਇਹ ਪਰਮਾਤਮਾ ਨੇ ਵਾਹਿਗੁਰੂ ਨੇ ਆਪਾਂ ਨੂੰ ਇੱਕ ਪੇਟ ਐਦਾ ਦੀ ਨਿਆਮਤ ਬਖਸ਼ੀ ਕਿ ਆਪਾਂ ਨੂੰ ਤਿੰਨ ਟਾਈਮ ਭਰਨਾ ਹੀ ਪੈਣਾ ਇਹ ਤਿੰਨ ਟਾਈਮ ਜਿਹੜਾ ਖਾਂਦੇ ਪਈ ਨਾ ਗਰੀਬ ਜੀ ਕੰਪਲੇਂਟ ਕੀਤੀ ਹੈ ਦੀ ਰਿਟਨ ਦੇ ਵਿੱਚ ਬਹੁਤ ਸਾਰੀਆਂ ਮੈਡਮ ਬਹੁਤ ਸਾਰੀਆਂ ਇੱਕ ਅਧੀ ਨਹੀਂ ਅੱਜ ਅੱਜ ਹਾਂਜੀ ਅੱਜ ਮੈਂ ਇਸ ਸਬੰਧ ਵਿੱਚ ਆਪਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਸੀ ਉਹ ਮੀਟਿੰਗ 'ਚ ਉਹਨਾਂ ਨੇ ਮੈਨੂੰ ਕਿਹਾ ਮੀਟਿੰਗ 'ਚ ਤੇ ਉਸ ਤੋਂ ਬਾਅਦ ਮੈਂ ਪੁਲਿਸ ਮਹਿਕਮੇ ਦੇ ਆਲਾ ਅਫਸਰ ਸਾਹਿਬਾਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਫੋਨ ਕੀਤਾ ਡੀਸੀ ਸਾਹਿਬ ਵੱਲੋਂ ਫੋਨ ਪਿਕ ਨਹੀਂ ਕੀਤਾ ਗਿਆ ਸੀ ਪਰ ਪੁਲਿਸ ਮਹਿਕਮੇ ਵੱਲੋਂ ਜਿਹੜਾ ਮੈਂ ਅਫਸਰ ਸਾਹਿਬਾਨ ਨੂੰ ਫੋਨ ਕੀਤਾ ਉਹਨਾਂ ਨੇ ਤੁਹਾਡੇ ਸਾਹਮਣੇ ਪੁਲਿਸ ਦੇ ਜਿਹੜੇ ਅਫਸਰ ਸਾਹਿਬਾਨ ਭੇਜੇ ਨੇ ਉਹ ਚੈੱਕ ਕਰ ਰਹੇ ਨੇ ਮੌਜੂਦਾ ਵਿਖਾਦਤਾ ਇਹ ਕਣਕ ਨਹੀਂ ਹੈਗੀ ਇਹ ਜ਼ਹਿਰ ਹੈ ਇਹ ਤੁਸੀਂ ਆਹ ਵੀ ਉਹਦੇ ਲਈ ਕੰਪਲੇਨਟ ਕਰਨੀ ਤਾਂ ਬਣਦੀ ਹੈ हां मैं जी लिखती ਵੀ ਕਰਨ ਲਈ ਕਰਦਾ ਵਾਂ ਮੈਂ ਉਹ ਪਿਛਲੀ ਇੱਕ ਮਲੇਟ ਦੀ ਆਪਣੀ ਕਾਪੀ ਵੀ ਲਾ ਦੇਣਾ ਹੁਣ ਹੀ ਤੁਹਾਡੇ ਸਾਹਮਣੇ ਜਦੋਂ ਮੈਂ ਜਦੋਂ ਮੈਂ ਭਾਂਡਾ ਹੀ ਪੰਤਾ ਜੀ ਜਦੋਂ ਭਾਂਡਾ ਹੀ ਪੰਤਾ ਤੇ ਉਹਦੇ ਸਾਹਮਣੇ ਰਹਿ ਕੀ ਗਿਆ ਆ ਭਾਂਡਾ ਜੇ ਇਹ ਹਾਂ ਹੋਰ ਤੁਹਾਡੇ ਸਾਹਮਣੇ ਕੋਈ ਤਾਜਾ ਜਿਹਾ ਭਾਂਡਾ ਪੰਦਾ ਆ ਲੋ ਆ ਭਾਂਡਾ ਜੇ ਇਹ ਹੋਰ ਭਾਂਡਾ ਆ ਗਿਆ ਜੇ ਇਹ ਉਸ ਤੋਂ ਵੀ ਮਾੜੀ ਕੁਆਲਿਟੀ ਹੈ ਦੇਖੋ ਤੁਸੀਂ ਇਹ ਭਾਂਡਾ ਜੇ ਜਿਹੜਾ ਮੈਂ ਪੰਦ ਰਿਹਾ ਵਾਂ ਇਹ ਇਹ ਲੋ ਜੀ ਭਾਂਡਾ ਇਹ ਭਾਂਡਾ ਜੇ ਕਣਕ ਇਹਨੂੰ ਕਣਕ ਦਾ ਨਾਮ ਅਦਰਜਾ ਦਿੱਤਾ ਜਾਂਦਾ ਹੈ ਇਹ ਪੱਤਰਕਾਰ ਸਾਹਿਬ ਹਨ ਆ ਆ ਦੇਖੋ ਇਹ ਕਨਕ ਦਾ ਦਰਜਾ ਦਿੱਤਾ ਜਾਂਦਾ ਸੀ ਐਸ ਅੰਨ ਨੂੰ ਦਰਜਾ ਆ ਅੰਨ ਇਨੂੰ ਜਿੰਨੂੰ ਖਾਈਦਾ ਇੰਨੇ ਮਾੜੇ ਹਾਲਾਤ ਨੇ ਗਰੀਬਾਂ ਦੇ ਲਈ ਜਿਹੜੀ ਕਣਕ ਜਿਹੜੀ ਹੈਗੀ ਆ ਦਿੱਤੀ ਜਾਣੀ ਹੈ ਬਿਮਾਰੀਆਂ ਜਿਹੜੀਆਂ ਨੇ ਵੱਡੇ ਪੱਦਰ ਦੇ ਉੱਪਰ ਇਸੇ ਨੇ ਲਗਾਉਣੀਆਂ ਆਮ ਲੋਕਾਂ ਨੂੰ ਕੀ ਖਵਾਇਆ ਜਾਣਾ ਹੈਗਾ ਇਹ ਕਣਕ ਖਵਾਈ ਜਾਣੀ ਹੈ ਸਰਕਾਰ ਕਿੱਥੇ ਕਿਹੜੀ ਨੀਂਦ ਵਿੱਚ ਸੁੱਤੀ ਹੈ ਕਿੰਨੀ ਅਣਗੈਲੀ ਹੈ ਔਰ ਇਥੋਂ ਦੇ ਜਿਹੜੇ ਮੋਹਤਵਾਰ ਨੇ ਮੋਹਨ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਉਹਨਾਂ ਦੇ ਵੱਲੋਂ ਮਿਲੀ ਭੁਗਤ ਦੱਸਿਆ ਜਾ ਰਿਹਾ ਹੋਈ ਹੋ ਰਹੀ ਹੈ ਸੋ ਇਨਵੈਸਟੀਗੇਸ਼ਨ ਕਰਨਾ ਪੁਲਿਸ ਦਾ ਕੰਮ ਹੈ ਪਰੰਤੂ ਜੋ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਇਹ ਸਾਰੀਆਂ ਢੇਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਖਰਾਬ ਕਣਕ ਦੀਆਂ ਤੁਹਾਨੂੰ ਪਿੱਛੇ ਵੀ ਅਸੀਂ ਬੋਰੀਆਂ ਵੀ ਦਿਖਾ ਚੁੱਕੇ ਹਾਲਾਤ ਜਿਹੜੇ ਨੇ ਕਿਹੋ ਜਿਹੇ ਨੇ ਸਰਕਾਰ ਸੀਐਮ ਸਾਹਿਬ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਬਣ ਚੁੱਕੇ ਦੇ ਕੀ ਹੁਣ ਇਹੋ ਜੀ ਕ腐ਸ਼ਨ ਜਾਂ ਇਹੋ ਜਿਹਾ ਅੰਨ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਿੱਤਾ ਜਾਊਗਾ ਕਿਉਂਕਿ ਗਰੀਬ ਲੋਕਾਂ ਦਾ ਮਸੀਹਾ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਮੈਂ ਖੁਦ ਗਰੀਬ ਪਰਿਵਾਰ ਤੋਂ ਹਾਂ ਔਰ ਗਰੀਬ ਪਰਿਵਾਰ ਤੋਂ ਹੁੰਦਿਆਂ ਹੋਇਆ ਹੁਣ ਇਹ ਦੇਖਣਾ ਹੋਵੇਗਾ ਕਿ ਇੱਥੇ ਕਿੱਡਾ ਕ ਵੱਡਾ ਐਕਸ਼ਨ ਜਿਹੜਾ ਉਹ ਲਿਆ ਜਾਂਦਾ ਹੈ ਜਿਹੜੇ ਉਕਾ ਇੱਥੇ ਗਰੀਬ ਲੋਕਾਂ ਨੂੰ ਇਹੋ ਜਿਹਾ ਅੰਨ ਪ੍ਰੋਵਾਈਡ ਕਰਵਾ ਰਹੇ ਨੇ ਜਿਸ ਨੂੰ ਖਾ ਕੇ ਸ਼ਾਇਦ ਉਹ ਲੋਕ ਮਰ ਵੀ ਸਕਦੇ ਨੇ ਔਰ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਜਿਹੜਾ ਗ੍ਰਸਤ ਹੋ ਸਕਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੋ ਉਹ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਇੱਥੇ ਹਾਲਾਤ ਕਿਹੋ ਜਿਹੇ ਨੇ ਆਮ ਲੋਕਾਂ ਦੀ ਜ਼ਿੰਦਗੀ ਕਿਹੋ ਜੀ ਹੋਊਗੀ ਜੇ ਸਰਕਾਰਾਂ ਹੀ ਬੇਈਮਾਨ ਹੋ ਜਾਣ ਜੇ ਸਾਡੇ ਅਫਸਰ ਹੀ ਬੇਈਮਾਨ ਹੋ ਜਾਣ ਜਿਨ੍ਹਾਂ ਅਫਸਰਾਂ ਨੂੰ ਚੁਣਿਆ ਹੋਇਆ ਹੈ ਜਿਨ੍ਹਾਂ ਅਫਸਰਾਂ ਦੇ ਉੱਪਰ ਜ਼ਿੰਮੇਵਾਰੀਆਂ ਛੱਡੀਆਂ ਹੋਈਆਂ ਨੇ ਉਹੀ ਅਫਸਰ ਆਮ ਲੋਕਾਂ ਦੇ ਨਾਲ ਕਿਹੋ ਜਿਹਾ ਧੱਕਾ ਕਰ ਰਹੇ ਨੇ ਉਹਨਾਂ ਨੂੰ ਖਾਣ ਪੀਣ ਲਈ ਕੀ ਦੇ ਰਹੇ ਨੇ ਸੋ ਇਹ ਤਸਵੀਰਾਂ ਹੈਗੀਆਂ ਜਿन्हें ਤੁਹਾਨੂੰ ਅਸੀਂ ਦਿਖਾਈਆਂ ਕਾਰਵਾਈ ਕੀ ਹੁੰਦੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਅਸੀਂ ਕਾਰਵਾਈ ਕਰਾਂਗੇ ਬੰਨਦੀ ਕਾਰਵਾਈ ਪਰੰਤੂ ਕੀ ਬੰਨਦੀ ਕਾਰਵਾਈ ਹੁੰਦੀ ਹੈ ਜਾਂ ਫਿਰ ਤੋਂ ਉਹਨਾਂ ਲੋਕਾਂ ਨੂੰ ਛੱਡ ਦਿੱਤਾ ਜਾਂਦਾ ਹੈ ਉਹਨਾਂ ਲੋਕਾਂ ਨੂੰ ਰਾਇਤ ਦੇ ਦਿੱਤੀ ਜਾਂਦੀ ਹੈ ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਇਦਾਂ ਕੀ ਬਣਿਆ ਕਿ ਇਹ ਅਫਸਰ ਜਿਹੜੇ ਨੇ ਜਿਨ੍ਹਾਂ ਵੱਲੋਂ ਇਹ ਕਾਰਵਾਈ ਇੱਥੇ ਇਹੋ ਜਿਹਾ ਕੰਮ ਕਿਣਾਉਣੇ ਕੰਮ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਪਰ ਵੀ ਸਰਕਾਰ ਦੀ ਕੋਈ ਲਾਠੀ ਬਰਸਦੀ ਹੈ ਜਾਂ ਨਹੀਂ ਤੁਸੀਂ ਦੇਖ ਰਹੇ ਹੋ ਕਿ ਟੀਵੀ ਯੂਕੇ ਕੈਮਰਾ ਪਰਸਨ ਗੁਰਦੇਵਾਲ ਦੇ ਨਾਲ ਪਲਵਿੰਦਰ ਕੌਰ